ਓਏ ਹੋਏ 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 ਬਸ ਸੱਪ ਦਾ ਮਣਕਾ ਐਸ ਵਿੱਚ ਕੋਈ ਨਹੀਂ ਅੱਛਾ ਇੱਕ ਮਾਸਖੋਰ ਛੇਲਾ ਬੱਕਰਾ ਹੁੰਦਾ ਐਸ ਕਾਲੇ ਸੱਪ ਦੀ ਸਿਰ ਵਾਲੀ ਸਾਈਡ ਬਾਹਰ ਆਏਗਾ ਪੈਰ ਮਾਰ ਜਾਏਗਾ ਕਿ ਜ਼ਹਿਰ ਇੱਥੇ ਇਕੱਠੀ ਨਾ ਰਹਿ ਜਾਏ ਫਿਰ ਉਹਦੇ ਉੱਤੇ ਨੱਕ ਰੱਖ ਕੇ ਨਾ ਸੁਕਾਟਾ ਮਾਰੇਗਾ ਗਿੱਦੜ ਸਿੰਘੀ ਲੱਭਣ ਦਾ ਇਹ ਮਨਸੂਬਾ ਹੈ ਗਿੱਦੜ ਦੇ ਅਮੁਖ ਅਮੁਖ ਗਿੱਦੜਾਂ 'ਚ ਮਣਕੇ ਲੱਭਣ ਤਾਂ ਦੁਨੀਆ ਫਸਲਾਂ 'ਚ ਮਾਰ ਕੇ ਅਤੇ ਗਿੱਦੜ ਸਿੰਘੀਆਂ ਦੇ ਬੋਝੇ ਪਾਰ ਇਹ ਗੱਲ ਸਫੈਦ ਹੋਏਗਾ ਅਤੇ ਗਿੱਦੜ ਆਪਣਾ ਇੱਥੋਂ ਵਾਲਾ ਨਹੀਂ ਹੋਏਗਾ ਗਿੱਦੜ ਉਹ ਖੰਨਦਾ ਜਿਸ ਤਰ੍ਹਾਂ ਮੱਝਾਂ ਨਹੀਂ ਨਾਲ ਕਿਸੇ ਕੰਧ ਦੇ ਦੀਵਾਰ ਦੇ ਇੱਦਾਂ ਰਿਗੜਦੀਆਂ ਪਿੰਡਾਂ ਜੇ ਉਹਦੀ ਖੁਰਾਕ ਸੱਪ ਏ ਹਕੀਕ ਤਰ੍ਹਾਂ ਚਮਕੇਗੀ ਜਿਵੇਂ ਹਕੀਕ ਸੁਲੇਮਾਨੀ ਚਮਕਦਾ ਇਸ ਤਰ੍ਹਾਂ ਚਮਕ ਸਰ ਇਹ ਦੱਸੋ ਇਹ ਜਿਹੜਾ ਸੱਪ ਦੇ ਮਣਕੇ ਵਾਲੀ ਗੱਲ ਇੱਕ ਅਸੀਂ ਸੁਣੀ ਹੈ ਸੱਪ ਦਾ ਮਣਕਾ ਪਹਾੜੀ ਇਲਾਕਿਆਂ ਚ ਸਾਡੇ ਵਡਕਿਆਂ ਨੂੰ ਲੱਭਾ ਸੀ ਉਹ ਵੀ ਇਸ ਤਰ੍ਹਾਂ ਲੱਭਾ ਸੀ ਕਿ ਸੱਪ ਦਾ ਮਣਕਾ ਲੱਭਣ ਵਾਸਤੇ ਤਲਾਸ਼ ਕਰਨੀ ਪੈਂਦੀ ਅਮੂ ਖਮੂ ਜੋਗੀ ਦੇ ਵਸ ਦਾ ਰੋਗ ਹੀ ਨਹੀਂ ਜੇ ਸੱਪ ਦਾ ਮਣਕਾ ਲੱਭ ਕੇ ਲੈ ਆਏ ਇੱਕ ਮਾਸਖੋਰ ਛੇਲਾ ਬੱਕਰਾ ਹੁੰਦਾ ਜਿਸ ਤਰ੍ਹਾਂ ਆਪਣੇ ਭਾਰੂ ਨੇ ਬੱਕਰੇ ਨੇ ਇਸ ਤਰ੍ਹਾਂ ਭਾਰੂ ਨੇ ਜਦੋਂ ਉਸ ਮਣਕਾ ਲੱਭਣ ਉਹ ਬੱਕਰਾ ਟੁਰਦਾ ਨਾ ਉਹ ਸ਼ਿਕਾਰ ਕਰਦਾ ਜਿਸ ਤਰ੍ਹਾਂ ਆਪਾਂ ਕੁੱਗੀਆਂ ਲਾਲੀਆਂ ਹਰ ਸ਼ਾਇਦ ਦਾ ਸ਼ਿਕਾਰ ਕਰ ਰਹੇ ਉਹਦੀ ਖੁਰਾਕ ਸੱਪ ਏ ਵਰਨਾ ਜਦੋਂ ਸੱਪ ਖਾਏਗਾ ਫਿਰ ਉਹ ਜਿੰਨੀ ਵੀ ਲੰਮੀ ਖੁੱਡ ਹੋਏਗੀ ਨਾ ਉਹਦੇ ਉੱਤੇ ਨੱਕ ਰੱਖ ਕੇ ਨਾ ਸੁਕਾਟਾ ਮਾਰੇਗਾ ਸੁਕਾਟੇ ਦਾ ਮਤਲਬ ਆਪਣਿਆਂ ਨੂੰ ਸਾਹ ਖਿੱਚੇਗਾ ਸੱਪ ਦੀ ਸਿਰ ਵਾਲੀ ਸਾਈਡ ਬਾਹਰ ਆਏਗੀ ਐਸ ਕਾਲੇ ਸੱਪ ਦੀ ਸਿਰ ਵਾਲੀ ਸਾਈਡ ਬਾਹਰ ਆਏਗੀ ਫਿਰ ਉਹ ਉਗਾਲੀ ਕਰੇਗਾ ਉਗਾਲੀ ਕਰਨ ਤੋਂ ਬਾਅਦ ਪਥਰੀਲਾ ਇਲਾਕਾ ਉੱਥੇ ਝੱਗ ਡਿੱਗ ਪਏਗੀ ਜਿਵੇਂ ਪਸ਼ੂਆਂ ਦੇ ਮੂੰਹ 'ਚ ਝੱਗ ਡਿੱਗਦੀ ਝੱਗ ਡਿੱਗੇਗੀ ਉਹ ਕੱਲਰ ਦੇ ਵਿੱਚ ਪੱਥਰ ਦੀ ਕੋਈ ਰੋੜੀ ਬਣੇਗੀ ਜਦੋਂ ਬੱਕਰਾ ਉੱਥੋਂ ਚੱਲੇਗਾ ਨਾ ਉਹਨੂੰ ਇਸ ਤਰ੍ਹਾਂ ਪੈਰ ਮਾਰ ਜਾਏਗਾ ਪੈਰ ਮਾਰ ਜਾਏਗਾ ਕਿ ਜ਼ਹਿਰ ਇੱਥੇ ਇਕੱਠੀ ਨਾ ਰਹਿ ਜਾਏ ਫਿਰ ਉਹਨੂੰ ਸੱਪ ਉਦੋਂ ਪਚੇਗਾ ਜਦੋਂ ਇਹ ਕਿਸੇ ਪੇੜ ਦੇ ਜਾਂ ਕਿਸੇ ਵੱਡੇ ਪਹਾੜੀ ਦੇ ਟਿੱਬੇ ਦੇ ਉੱਤੋਂ ਚੜ੍ਹ ਕੇ ਛਾਲ ਮਾਰੇਗਾ ਸਿੰਘਾ ਪਾਰ ਡਿੱਗੇਗਾ ਫਿਰ ਉਹਨੂੰ ਸੱਪ ਹਜ਼ਮ ਹੋ ਜਾਏਗਾ ਫਿਰ ਉਸ ਤੋਂ ਦੂਸਰੀ ਉਗਾਲੀ ਮੰਡੇਗਾ ਜਦੋਂ ਤੀਸਰੀ ਉਗਾਲੀ ਮੰਡੇਗਾ ਨਾ ਜਿੱਥੇ ਜ਼ਹਿਰ ਦਾ ਤੁਬਕਾ ਡਿੱਗ ਪਏਗਾ ਉਹ ਮਣਕਾ ਹੋ ਜਾਏ ਫਿਰ ਉਹ ਲੱਭੇਗਾ ਕਿਸੇ ਕਿਸਮਤ ਵਾਲੇ ਨੂੰ ਆਮ ਕਿਸੇ ਬੰਦੇ ਦੇ ਵਾਸਤਾ ਰੋਗ ਨੇ ਵੀ ਮਣਕਾ ਲੱਭ ਲਾਮ ਜਦੋਂ ਉੱਥੇ ਬਾਰਿਸ਼ ਪਏਗੀ ਉਹ ਜਿਹੜੀ ਜ਼ਹਿਰ ਇਕੱਠੀ ਹੋ ਜਾਏਗੀ ਪੱਥਰ ਦੇ ਇਲਾਕੇ ਦੇ ਵਿੱਚ ਨਾ ਉਹ ਹਕੀਕ ਤਰ੍ਹਾਂ ਚਮਕੇਗੀ ਜਿਵੇਂ ਹਕੀਕ ਸੁਲੇਮਾਨੀ ਚਮਕਦਾ ਇਸ ਤਰ੍ਹਾਂ ਚਮਕੇਗੀ ਫਿਰ ਉਹ ਸੱਪ ਦਾ ਮਣਕਾ ਬਣੇਗਾ ਵਰਨਾ ਇਸ ਤਰ੍ਹਾਂ ਸੱਪ ਦਾ ਮਣਕਾ ਨਾ ਬਣਦਾ ਨਾ ਲੱਭਦਾ ਇਸ ਤਰ੍ਹਾਂ ਤੁਸੀਂ ਆ ਸੱਪਾਂ ਦੇ ਵਿੱਚੋਂ ਮਣਕੇ ਨਿਕਲਣ ਸਾਡੇ ਜ਼ਿਮੀਦਾਰਾਂ ਨੇ ਪਤਾ ਨਹੀਂ 50-50 ਹਜ਼ਾਰ ਦੇ ਕਹਿਦਾਦ ਸੱਪ ਕੁੱਟੇ ਨੇ ਤੁਸੀਂ ਤਾਂ ਗੱਟੂ ਪਾਰਕ ਵੇਚਣ ਲੱਗ ਪਓ ਮਣਕਿਆਂ ਦੇ ਵਰਨਾ ਮਣਕਾ ਲੱਭਣਾ ਜੋਗੀ ਦਾ ਕੰਮ ਹੈ ਅਤੇ ਲੱਭਦਾ ਬਹੁਤ ਔਖਾ ਅਸਲ ਇੱਕ ਨੰਬਰ ਮਣਕਾ ਕਾਲੇ ਐਸ ਕੋਬਰੇ 'ਚ ਹੀ ਨਿਕਲਦਾ ਹੈ ਕਿ ਇੱਥੇ ਮਾਰਿਆ ਨਹੀਂ ਨਿਕਲਦਾ ਨਿਕਲੇਗਾ ਇੱਥੇ ਮਾਰਿਆ ਨਹੀਂ ਨਿਕਲੇਗਾ ਇਹ ਉਸ ਬੱਕਰੇ ਦੀ ਤਲਾਸ਼ ਕਰਨੀ ਪਏਗੀ ਅਗਰ ਉਸਦੇ ਪੈੜ ਵੇਖਣੇ ਪੈਣਗੇ ਉਸ ਬੱਕਰੇ ਦੇ ਉਹਦਾ ਖੁਰਾ ਕਰਨਾ ਪਏਗਾ ਫਿਰ ਉਹਦੇ ਮਗਰ ਰਾਤਾਂ ਰਹਿਣੇ ਪੈਣਗੀਆਂ ਦਿਨ ਜਾਇਆ ਹੋਣਗੇ ਕੋਈ ਮਹੀਨਾ ਡੇਢ ਜਾਇਆ ਹੋਗਾ ਜਿੱਥੇ ਉਹਦੀ ਰੋੜੀ ਲੱਭੇਗੀ ਉੱਥੋਂ ਮਣਕਾ ਵੀ ਲੱਭ ਜਾਏਗਾ ਔਰ ਕਿਸਮਤ ਹੋਈ ਤਾਂ ਉੱਥੋਂ ਗਿੱਦੜ ਸਿੰਘੀ ਵੀ ਲੱਭ ਜਾਏ ਅੱਛਾ ਇਹ ਵੀ ਨਾਲ ਗਿੱਦੜ ਸਿੰਘੀ ਲੱਭਣ ਦਾ ਇਹ ਮਨਸੂਬਾ ਕਿ ਆਪਣੇ ਇਹ ਵੀ ਸਰੂਟ ਹੈਗੇ ਨੇ ਸਾਰ ਹੈਗੀ ਦੱਬ ਹੈਗੀ ਉਹ ਸਫੈਦ ਕਲਰ ਦੀ ਦੱਬ ਹੋਏਗੀ ਸਰੂਟ ਦਾ ਕਾਨਾ ਸਫੈਦ ਹੋਏਗਾ ਅਤੇ ਗਿੱਦੜ ਆਪਣਾ ਇੱਥੋਂ ਵਾਲਾ ਨਹੀਂ ਹੋਏਗਾ ਗਿੱਦੜ ਉਹ ਹੋਏਗਾ ਕਿ ਜਿਹੜਾ ਇੱਥੋਂ ਲੰਘ ਗਿਆ ਤਾਂ ਸੈਂਟ ਅਤੇ ਅਤਰ ਕਸਤੂਰੀ ਦੀ ਖੁਸ਼ਬੂ ਆਏਗੀ ਉਹਦੇ ਵਿੱਚੋਂ ਉਹ ਇਸ ਤਰ੍ਹਾਂ ਖੰਨਦਾ ਜਿਸ ਤਰ੍ਹਾਂ ਮੱਝਾਂ ਨਹੀਂ ਨਾਲ ਕਿਸੇ ਕੰਧ ਦੇ ਦੀਵਾਰ ਦੇ ਇੱਦਾਂ ਰਿਗੜਦੀਆਂ ਪਿੰਡਾਂ ਜਿਹੜੇ ਅਗਰ ਉਹਦੇ ਮੱਥੇ ਦੇ ਵਾਲ ਚਮੜਾ ਉਹਦੇ ਵਿੱਚ ਡਿੱਗ ਪਏਗਾ ਉਹ ਗਿੱਦੜ ਸਿੰਘੀ ਬਣ ਜਾਏਗੀ ਉਹਦੇ ਮੱਥੇ 'ਚ ਮਰਾਪ ਹੋਏਗੀ ਉਸ ਗਿੱਦੜ ਦੇ ਅਮੁੱਖ ਅਮੁੱਖ ਗਿੱਦੜਾਂ 'ਚ ਮਣਕੇ ਲੱਭਣ ਤਾਂ ਦੁਨੀਆ ਫਸਲਾਂ 'ਚ ਮਾਰ ਕੇ ਅਤੇ ਗਿੱਦੜ ਸਿੰਘੀਆਂ ਦੇ ਬੋਝੇ ਪਾਰ ਪੂਰੀ ਫਿਰਨ ਇਹ ਗੱਲ ਵਰਨਾ ਕੂੜ ਨਹੀਂ ਸੱਚ ਹੈ ਜੇ ਕੋਈ ਕਰੇ ਤਾਂ ਮਿਹਨਤ ਤਲਬ ਕੰਮ ਹੈ ਮਿਹਨਤ ਕਰੋ ਸੱਚੇ ਦਿਲ ਨਾਲ ਅੱਲਾ ਦੇ ਹੁਕਮ ਨਾਲ ਸੱਚੇ ਦਿਲ ਨਾਲ ਮਿਹਨਤ ਕਰੋ ਅੱਲਾ ਸੱਚੇ ਦਾ ਫਲ ਪਾਉਂਦਾ ਕੂੜੇ ਦਾ ਫਲ ਕਦੀ ਵੀ ਨਹੀਂ ਪਾਉਂਦਾ ਤੁਹਾਡੇ ਕੋਲ ਵੈਸੇ ਪਈ ਗਿੱਦੜ ਸਿੰਘੀ ਗਿੱਦੜ ਸਿੰਘੀ ਹੈਗੀ ਵਰਨਾ ਉਹ ਮੇਰੇ ਦਾਦੇ ਦੇ ਵਕਤਾਂ ਦੀ ਤੇ ਮਣਕਾ ਵੀ ਹੈਗਾ ਤੁਹਾਡੇ ਮਣਕਾ ਵੀ ਹੈਗਾ ਗਿੱਦੜ ਸਿੰਘੀ ਵੀ ਹੈਗੀ ਵਰਨਾ ਇੱਕ ਬੰਦਾ ਮੇਰੇ ਕੋਲ ਲੈ ਗਿਆ ਅਗਰ ਕਿਸੇ ਟਾਈਮ ਤੇ ਮੌਜੂ ਹੋਇਆ ਤੁਹਾਡਾ ਮਣਕਾ ਵੀ ਵਿਖਾਵਾਂਗਾ ਤੁਹਾਨੂੰ ਗਿੱਦੜ ਸਿੰਘੀ ਵੀ ਵਿਖਾਵਾਂਗਾ ਆਪਣਾ ਲਾਇਸੈਂਸ ਵੀ ਤੁਹਾਨੂੰ ਬਕਾਇਦਾ ਦੇਵਾਂਗਾ ਤੇ ਹੱਥ ਜੋੜੀ ਹੱਥ ਜੋੜੀ ਵੀ ਮਿਲ ਜਾਏਗੀ ਅੱਛਾ ਜਿੱਥੇ ਚਾਹਾਂਗਾ ਮੈਂ ਸ਼ਿਕਾਰ ਕਰ ਜਾਵਾਂਗਾ ਮਨ ਮੋੜੀ ਵੀ ਮਿਲ ਜਾਏਗੀ
मतलब चीजां सारियां पईयां, नैना भी मिल जाएगी, अच्छा पैन दा तेल भी मिल जाएगा, वरना जेड़ी शायद तू कहेगा गारंटेड मिलेगी, दो नंबर नहीं, तेरे सामने इत्थे पैदा करके देंगे मैदान दे विच, सामने ठीक हो जाएगा, करना मेरी अल्लाह की जात पाक ने, असी तो कुछ नहीं कर सकते। ओए होए होए होए, बस